ਹਾਂਜੀ ਦੋਸਤੋ ਐਮਐਡੀ ਜੋਬ ਅਲਰਟਸ ਚੈਨਲ ਦੇ ਵਿੱਚ ਤੁਹਾਡਾ ਸਵਾਗਤ ਹੈ ਜੀ 10ਵੀਂ ਪਾਸ ਅਤੇ 12ਵੀਂ ਪਾਸ ਅਗਰ ਤੁਸੀਂ ਉਹ ਤਾਂ ਇਹ ਵੀਡੀਓ ਤੁਹਾਡੇ ਲਈ ਹੈ 10ਵੀਂ ਅਤੇ 12ਵੀਂ ਪਾਸ ਲਈ ਅਲੱਗ-ਅਲੱਗ ਜੋ ਪੋਸਟ ਅਨਾਉਂਸ ਕਰ ਦਿੱਤੀਆਂਗੇ ਇਹਨੇ ਜੀ ਪੂਰੀ ਡਿਟੇਲ ਦੇ ਵਿੱਚ ਜਾਣਕਾਰੀ ਦੇਵਾਂਗਾ ਕੀ ਕੀ ਉਮਰ ਸੀਮਾ ਹੈ ਕਿਵੇਂ ਤੁਸੀਂ ਅਪਲਾਈ ਕਰਨਾ ਹੈ ਪੂਰੀ ਡਿਟੇਲ ਦੇ ਵਿੱਚ ਜਾਣਕਾਰੀ ਲਈ ਵੀਡੀਓ ਨੂੰ ਅੰਤ ਤੱਕ ਜਰੂਰ ਦੇਖਣਾ ਅਗਰ ਤੁਸੀਂ ਚੈਨਲ ਦੇ ਉੱਤੇ ਪਹਿਲੀ ਵਾਰ ਵਿਜ਼ਿਟ ਕਰ ਰਹੇ ਹੋ ਜੀ ਚੈਨਲ ਨੂੰ ਸਬਸਕ੍ਰਾਈਬ ਕਰਨ ਦੇ ਨਾਲ-ਨਾਲ ਬੈਲ ਆਈਕਨ ਨੂੰ ਵੀ ਪ੍ਰੈਸ ਕਰਦੇ ਹੋ ਤਾਂ ਕਿ ਪੰਜਾਬ ਸਟੇਟ ਵਿੱਚ ਆਉਣ ਵਾਲੀ ਹਰ ਇੱਕ ਸਰਕਾਰੀ ਨੌਕਰੀ ਸੰਬੰਧੀ ਜਾਣਕਾਰੀ ਪ੍ਰਾਈਵੇਟ ਨੌਕਰੀ ਸੰਬੰਧੀ ਜਾਣਕਾਰੀ ਜਾਂ ਪੰਜਾਬ ਦੇ ਵਿੱਚ ਕੋਈ ਨਵਾਂ ਅਪਡੇਟ ਆਉਂਦਾ ਹੈ ਨੋਟੀਫਿਕੇਸ਼ਨ ਆਉਂਦਾ ਹੈ ਉਸ ਸੰਬੰਧੀ ਜਾਣਕਾਰੀ ਜਾਂ ਕੋਈ ਕੰਪੀਟੀਟਿਵ ਐਗਜ਼ਾਮ ਆਉਂਦਾ ਜੀ ਪੰਜਾਬ ਦੇ ਵਿੱਚ ਉਸ ਸੰਬੰਧੀ ਜਾਣਕਾਰੀ ਤੁਹਾਨੂੰ ਸਭ ਤੋਂ ਪਹਿਲਾਂ ਮਿਲ ਸਕੇ ਸਾਡਾ ਇੱਕ ਟੈਲੀਗ੍ਰam ਚੈਨਲ ਵੀ ਹੈ ਜਿਸ ਦਾ ਲਿੰਕ ਡਿਸਕ੍ਰਿਪਸ਼ਨ ਬਾਕਸ ਦੇ ਵਿੱਚ ਹੈ ਜੀ ਸਾਡੇ ਉਸ ਟੈਲੀਗ੍ਰam ਚੈਨਲ ਨੂੰ ਜੁਆਇਨ ਕਰ ਲਵੋ ਜਿੱਥੇ ਅਸੀਂ ਹਰ ਇੱਕ ਵੀਡੀਓ ਦਾ ਲਿੰਕ ਪਲੱਸ ਪੰਜਾਬ ਦੇ ਵਿੱਚ ਕੋਈ ਰਿਜ਼ਲਟ ਆਉਂਦਾ ਹੈ ਉਸ ਦੀ ਪੀਡੀਐਫ ਫਾਈਲ ਜਾਂ ਕੋਈ ਨਾ ਮ ਅਪਡੇਟ ਆਉਂਦਾ ਹੈ ਨੋਟੀਫਿਕੇਸ਼ਨ ਆਉਂਦਾ ਉਸ ਦੀ ਪੀਡੀਐਫ ਫਾਈਲ ਜਾਂ ਕੋਈ ਐਪਲੀਕੇਸ਼ਨ ਫਾਰਮ ਹੁੰਦਾ ਜਿਸ ਨੂੰ ਭਰ ਕੇ ਤੁਸੀਂ ਪੋਸਟਾਂ ਦੇ ਲਈ ਅਪਲਾਈ ਕਰਨਾ ਹੁੰਦਾ ਹੈ ਉਸ ਦੀ ਪੀਡੀਐਫ ਫਾਈਲ ਸਾਡੇ ਟੈਲੀਗ੍ਰam ਚੈਨਲ ਦੇ ਉੱਤੇ ਅਪਲੋਡ ਕਰਦੇ ਜਿੱਤੋਂ ਤੁਸੀਂ ਡਾਊਨਲੋਡ ਕਰਕੇ ਦੇਖ ਸਕਦੇ ਹੋ ਤੇ ਪੋਸਟਾਂ ਦੇ ਲਈ ਅਪਲਾਈ ਕਰ ਸਕਦੇ ਹਾਂ ਜੀ ਚਲੋ ਆਪਾਂ ਵੀਡੀਓ ਸ਼ੁਰੂ ਕਰਦੇ ਹਾਂ ਜੀ ਜਵੱਜ ਦੀਆਂ ਪੋਸਟਾਂ ਨੇ 10ਵੀਂ ਅਤੇ +2 ਪੱਧਰ ਤੇ ਉੱਤੇ ਅਨਾਉਂਸ ਕੀਤੇ ਗਏ ਨੇ ਜੀ ਇਹ ਪੋਸਟਾਂ ਅਨਾਉਂਸ ਕੀਤੀਆਂ ਗਿਆ ਨੇ ਬੀਆਰਓ ਵੱਲੋਂ ਪੋਸਟਾਂ ਅਨਾਉਂਸ ਕੀਤੀਆਂ ਗਿਆ ਨੇ जीडीटी फुल फॉर्म ਹੈ ਜੀ ਤੁਸੀਂ ਨੋਟ ਕਰ ਲਵੋ ਬਾਰਡਰ ਰੋਡਜ਼ ਆਰਗੇਨਾਈਜੇਸ਼ਨ ਇਹ ਇਹ ਜਨਰਲ ਰਿਜ਼ਰਵ ਇੰਜੀਨੀਅਰ ਫੋਰਸ ਹੈ ਜੀ ਅਪਲੀਕੇਸ਼ਨ ਤੁਹਾਨੂੰ ਜੋ ਹੈ ਫਾਰਮ ਹੈ ਤੁਸੀਂ ਦੇਖ ਸਕਦੇ ਹੋ ਐਡਵਰਟਾਈਜ਼ਮੈਂਟ ਨੰਬਰ ਨੋਟ ਕਰੋ ਜੀ 2/2022 ਹੈ ਇਹ ਅਪਲੀਕੇਸ਼ਨ ਫਾਰਮ ਹੈ ਜੀ ਜਿਸ ਨੂੰ ਤੁਸੀਂ ਦੇ ਭਰ ਕੇ ਪੋਸਟਾਂ ਦੇ ਲਈ ਅਪਲਾਈ ਕਰਨਾ ਹੈ ਜੀ ਚੰਗੀ ਤਰ੍ਹਾਂ ਪੋਸਟਾਂ ਨੂੰ ਇਸ ਅਪਲੀਕੇਸ਼ਨ ਫਾਰਮ ਨੂੰ ਭਰ ਕੇ ਇਹਨਾਂ ਨੂੰ ਦਿੱਤੇ ਹੋਏ ਪਤੇ ਦੇ ਉੱਤੇ ਤੁਸੀਂ ਭੇਜ ਦੇਣਾ ਹਾਂਜੀ ਦੋਸਤੋ ਨੋਟ ਕਰੋ ਜਨਰਲ ਇਨਸਟਰਕਸ਼ਨ ਦੇ ਵਿੱਚ ਮੇਲ ਕੈਂਡੀਡੇਟ ਹੀ ਅਪਲਾਈ ਕਰ ਸਕਦੇ ਨੇ ਫੀਮੇਲ ਕੈਂਡੀਡੇਟ ਅਪਲਾਈ ਨਹੀਂ ਕਰਤੇ ਅਤੇ ਉਹਨਾਂ ਦਾ ਫਿਜ਼ੀਕਲ ਐਫੀਸ਼ੀਐਂਸੀ ਟੈਸਟ ਵੀ ਹੋਇਆ ਹੋਇਆ ਹੈ ਤਾਂ ਪ੍ਰੈਕਟੀਕਲ ਟੈਸਟ ਵੀ ਲਿਆ ਜਾਵੇਗਾ ਜੇ ਤੁਸੀਂ ਪੋਸਟਾਂ ਅਪਲਾਈ ਕਰਕੇ ਫਾਰਮ ਭਰ ਕੇ ਉਸਦੇ ਨਾਲ ਜ਼ਰੂਰੀ ਦਸਤਾਵੇਜ਼ ਲਗਾ ਕੇ ਤੁਸੀਂ ਕਮਾਂਡੈਂਟ ਜੀਆਰਈਐਫ ਸੈਂਟਰ ਡਿਗੀ ਕੈਂਪ ਪੂਨੇ ਥਰੂ ਰਜਿਸਟਰ ਪੋਸਟ ਰਾਹੀਂ ਤੁਸੀਂ ਭੇਜਣ ਨੇ ਜੀ ਉਮਰ ਸੀਮਾ ਦੀ ਗੱਲ ਕਰੀਏ ਤਾਂ ਜੀ ਸਟੋਰ ਕੀਪਰ ਟੈਕਨੀਕਲ ਦੇ ਲਈ ਜੀ 18 ਤੋਂ 27 ਸਾਲ ਰੱਖੀ ਗਈ ਹੈ ਅਤੇ ਮਲਟੀ ਸਕਿਲਡ ਵਰਕਰ ਡਰਾਈਵਰ ਇੰਜਨ ਸਟੈਟਿਕ ਦੇ ਲਈ ਜੀ 18 ਤੋਂ 25 ਸਾਲ ਉਮਰ ਸੀਮਾ ਰੱਖੀ ਗਈ ਹੈ ਇਹਦੇ ਲਈ ਏਜ ਰਿਲੈਕਸੇਸ਼ਨ ਆਲਸ ਪਰ ਗਵਰਨਮੈਂਟ ਰੂਲਸ ਦੇ ਅਕੋਰਡਿੰਗ ਦਿੱਤੀ ਜਾਵੇ ਜੀ ਤੁਸੀਂ ਚੈੱਕ ਕਰ ਸਕਦੇ ਹੋ ਜੀ ਵੀਡੀਓ ਨੂੰ ਪਾਉਜ਼ ਕਰਕੇ ਉਸ ਤੋਂ ਬਾਅਦ ਕਾਲ ਲੈਟਰ ਜਾਰੀ ਹੋਣਗੇ ਜੀ ਇਸ ਦੇ ਲਈ ਫੀਸ ਰੱਖੀ ਗਈ ਹੈ ਜੋ 50 ਰੁਪਏ ਫੀਸ ਰੱਖੀ ਗਈ ਹੈ ਜਨਰਲ ਕੈਂਡੀਡੇਟ ਐਡਬਲਿਊ ਐਸ ਇਨਕਲੂਡਿੰਗ ਐਕਸ ਸਰਵਿਸਮੈਨ ਦੇ ਲਈ OBC ਦੇ ਲਈ ਵੀ ਇਹ 50 ਰੁਪਏ ਫੀਸ ਰੱਖੀ ਗਈ ਹੈ SC ਤੇ ST ਲਈ ਇਹ ਫੀਸ ਨਹੀਂ ਰੱਖੀ ਗਈ। ਅਪਲਾਈ ਕਿਵੇਂ ਕਰਨਾ ਜੀ ਜੋ ਅਪਲਾਈ ਕਰਨਾ ਹੈ ਤੁਸੀਂ ਇੰਗਲਿਸ਼ ਤੇ ਹਿੰਦੀ ਦੇ ਵਿੱਚ ਅਪਲਾਈ ਕਰ ਸਕਦੇ ਹੋ ਜੀ ਫਾਰਮ ਨੂੰ ਫਿਲ ਕਰਕੇ ਤੁਸੀਂ ਇਹਨਾਂ ਦੇ ਦਿੱਤੇ ਹੋਏ ਪਤੇ ਦੇ ਉੱਤੇ ਭੇਜ ਦੇਣਾ ਹੈ ਜੀ ਆਪਣੇ ਜ਼ਰੂਰੀ ਦਸਤਾਵੇਜ਼ ਜਰੂਰ ਨਾਲ ਲਗਾਉਣੇ ਹੈਗੇ ਆ। ਕੁਆਲਿਫੀਕੇਸ਼ਨ ਦੀ ਗੱਲ ਕਰੀਏ ਜੀ ਸਟੋਰ ਕੀਪਰ ਦੇ ਲਈ ਪਲੱਸ 2 ਅਗਰ ਤੁਸੀਂ ਪਾਸ ਕੀਤੀ ਹੈ ਮਾਨਤਾ ਪ੍ਰਾਪਤ ਸੰਸਥਾ ਦੇ ਵਿੱਚੋਂ ਤਾਂ ਤੁਸੀਂ ਇਹਨਾਂ ਪੋਸਟਾਂ ਦੇ ਲਈ ਅਪਲਾਈ ਕਰ ਸਕਦੇ ਹੋ ਤੇ ਸਟੋਰ ਕੀਪਰ ਨੌਲੇਜ ਹੋਣੀ ਚਾਹੀਦੀ ਹੈ ਰਿਲੇਟਿੰਗ ਟੂ ਵਹੀਕਲਸ ਐਂਡ ਇੰਜੀਨੀਅਰਿੰਗ ਇਕੁਪਮੈਂਟ ਦੀ ਜੀ ਉਸ ਤੋਂ ਬਾਅਦ ਡਿਜ਼ਾਇਰੇਬਲ ਦੇ ਵਿੱਚ ਹੈ ਜੀ 3 ਸਾਲ ਦਾ ਐਕਸਪੀਰੀਅੰਸ ਹੋਵੇ ਹੋਵੇ ਜੀ ਸਟੋਰੇਜ ਐਸਟੈਬਲਿਸ਼ਮੈਂਟ ਦੇ ਵਿੱਚ ਜੀ ਤਾਂ ਤੁਸੀਂ ਇਹ ਪੋਸਟ ਦੇ ਲਈ ਅਪਲਾਈ ਕਰ ਸਕਦੇ ਹੋ ਮਲਟੀ ਸਕਿਲਡ ਵਰਕਰ ਡਰਾਈਵਰ ਇੰਜਨ ਸਟੈਟਿਕ ਦੀ ਪੋਸਟ ਹੈ ਜੀ 10ਵੀਂ ਤੁਸੀਂ ਪਾਸ ਕੀਤੀ ਹੈ ਮਾਨਤਾ ਪ੍ਰਾਪਤ ਸੰਸਥਾ ਤੋਂ ਅਤੇ ਸਰਟੀਫਿਕੇਟ ਆ ਤੁਹਾਡੇ ਕੋਲ ਜੀ ਮਕੈਨਿਕ ਮੋਟਰ ਵਹੀਕਲਜ਼ ਟਰੈਕਟਰ ਫਰਮ ਇੰਡਸਟਰੀਅਲ ਟ੍ਰੇਨਿੰਗ ਇੰਸਟੀਚਿਊਟ ਇੰਡਸਟਰੀਅਲ ਟ੍ਰੇਡ ਸਰਟੀਫਿਕੇਟ ਹੈ ਜੀ ਨੈਸ਼ਨਲ ਕਾਉਂਸਲ ਫਾਰ ਟ੍ਰੇਨਿੰਗ ਇਨ ਦਾ ਵੋਕੇਸ਼ਨਲ ਟ੍ਰੇਡ ਜੀ ਸਟੇਟ ਤਾਂ ਤੁਸੀਂ ਪੋਸਟ ਦੇ ਲਈ ਅਪਲਾਈ ਕਰ ਸਕਦੇ ਹੋ ਜੀ ਫਿਜ਼ੀਕਲ ਟੈਸਟ ਲਿਆ ਜਾਵੇਗਾ ਤੇ ਤੁਹਾਡਾ ਜੋ ਹੈ ਰਿਟਨ ਟੈਸਟ ਪ੍ਰੈਕਟੀਕਲ ਟੈਸਟ ਇਹਨਾਂ ਵਾਸਤੇ ਲਿਆ ਜਾਵੇਗਾ ਜੀ ਪੇ ਸਕੇਲ ਦੀ ਗੱਲ ਕਰੀ ਜੀ 19900 ਤੋਂ ਲੈ ਕੇ 63200 ਰੁਪਏ ਪ੍ਰਤੀ ਮਹੀਨਾ ਸਟੋਰ ਕੀਪਰ ਟੈਕਨੀਕਲ ਦੇ ਲਈ ਤੇ ਮਲਟੀ ਸਕਿਲਡ ਵਰਕਰ ਦੇ ਲਈ 18000 ਤੋਂ 5900 ਰੁਪਏ ਪ੍ਰਤੀ ਮਹੀਨਾ ਤਨਖਾਹ ਦਿੱਤੀ ਜਾਵੇਗੀ ਜੀ ਇਹ ਸਨ ਅੱਜ ਦੀਆਂ ਪੋਸਟਾਂ ਜੀ ਜੇਕਰ ਕੋਈ ਵੀ ਤੁਹਾਨੂੰ ਡਾਊਟ ਹੈ ਕਿਸੇ ਵੀ ਤਰ੍ਹਾਂ ਦਾ ਤਾਂ ਤੁਸੀਂ ਕਮੈਂਟ ਬਾਕਸ ਦੇ ਵਿੱਚ ਕਮੈਂਟ ਕਰਕੇ ਪੁੱਛ ਸਕਦੇ ਹੋ ਹੁਣ ਮਿਲਦੇ ਹਾਂ ਨਵੀਆਂ ਪੋਸਟਾਂ ਦੇ ਨਾਲ ਉਸ ਤੋਂ ਪਹਿਲਾਂ ਸਾਡੀ ਵੀਡੀਓ ਨੂੰ ਲਾਈਕ ਸ਼ੇਅਰ ਜ਼ਰੂਰ ਕਰਿਆ ਕਰੋ ਇਸ ਨਾਲ ਸਾਨੂੰ ਮੋਟੀਵੇਸ਼ਨ ਮਿਲਦਾ ਤੇ ਅੱਗੇ ਤੋਂ ਨਵੇਂ-ਨਵੇਂ ਵੀਡੀਓ ਤੁਹਾਡੇ ਤੱਕ ਲੈ ਕੇ ਹਾਜ਼ਰ ਹੁੰਦੇ ਰਾਂਗੇ ਜੀ ਹੁਣ ਮਿਲਦੇ ਹਾਂ ਨਵੀਆਂ ਪੋਸਟਾਂ ਦੇ ਨਾਲ ਨਵੀਂ ਵੀਡੀਓ ਦੇ ਨਾਲ ਤਦ ਤੱਕ ਲਈ ਜੀ ਰੱਬ ਰਾਖਾ